ਲੱਖ ਰੁਪਇਆ ਮਾਤਾ ਸਾਡੀ ਗੱਡੀ 'ਚ ਛੱਡ ਗਈ ਸੀ ਬਟਾਲੇ ਤੋਂ ਕਾਦੀਆਂ ਅਤੇ ਬਟਾਲੇ ਤੋਂ ਕਾਦੀਆਂ ਇਸ ਟਾਈਮ ਲੱਖ ਰੁਪਇਆ ਮੇਰੇ ਹੱਥ 'ਚ ਜੇ ਤੁਹਾਡੇ ਸਾਹਮਣੇ ਹੀ ਆ ਅਤੇ ਅਸੀਂ ਮਾਤਾ ਨੂੰ ਦੇਣ ਲੱਗੇ ਹਾਂ 95-20 ਐਮ ਗੱਡੀ ਆ ਅਤੇ ਐਮ ਮਾਤਾ ਆਧਾਰ ਕਾਰਡ ਨੰਬਰ ਜੀ ਮਾਤਾ ਤੁਹਾਡਾ ਨਾਂ ਕੀ ਪੰਪ ਦੇ ਮਗਰ ਰਹਿੰਦੇ ਖੋਖਰ ਵਾਲੇ ਪੰਪ ਦੇ ਮਗਰ ਉਹ ਕੁੜੀ ਇੱਥੇ ਭੱਤੂ ਦੇ ਰੈਸਟੋਰੈਂਟ ਕੰਮ ਕਰਦੀ ਕੁੜੀ ਇਹਨਾਂ ਦੀ ਭੱਤੂ ਆਪਣਾ ਬੰਦਾ ਸਾਡਾ ਲੱਖ ਰੁਪਇਆ ਮਾਤਾ ਸਾਡੀ ਗੱਡੀ 'ਚ ਛੱਡ ਗਈ ਸੀ ਬਟਾਲੇ ਤੋਂ ਕਾਦੀਆਂ ਅਤੇ ਬਟਾਲੇ ਤੋਂ ਕਾਦੀਆਂ ਇਸ ਟਾਈਮ ਲੱਖ ਰੁਪਇਆ ਮੇਰੇ ਹੱਥ 'ਚ ਜੇ ਤੁਹਾਡੇ ਸਾਹਮਣੇ ਹੀ ਆ ਅਤੇ ਅਸੀਂ ਮਾਤਾ ਨੂੰ ਦੇਣ ਲੱਗੇ ਹਾਂ 95-20 ਐਮ ਗੱਡੀ ਆ ਅਤੇ ਐਮ ਮਾਤਾ ਆਧਾਰ ਕਾਰਡ ਨੰਬਰ ਜੀ ਮਾਤਾ ਤੁਹਾਡਾ ਨਾਂ ਕੀ ਪਿੰਡ ਕਿਹੜਾ ਮਾਤਾ ਜੀ ਆਪਣੇ ਪੰਪ ਦੇ ਮਗਰ ਰਹਿੰਦੇ ਖੋਖਰ ਵਾਲੇ ਪੰਪ ਦੇ ਮਗਰ ਉਹ ਕੁੜੀ ਇੱਥੇ ਭੱਤੂ ਦੇ ਰੈਸਟੋਰੈਂਟ ਕੰਮ ਕਰਦੀ ਕੁੜੀ ਇਹਨਾਂ ਦੀ ਭੱਤੂ ਆਪਣਾ ਬੰਦਾ ਸਾਡਾ ਲੱਖ ਰੁਪਇਆ ਮਾਤਾ ਸਾਡੀ ਗੱਡੀ 'ਚ ਛੱਡ ਗਈ ਸੀ ਬਟਾਲੇ ਤੋਂ ਕਾਦੀਆਂ ਅਤੇ ਬਟਾਲੇ ਤੋਂ ਕਾਦੀਆਂ ਇਸ ਟਾਈਮ ਲੱਖ ਰੁਪਇਆ ਮੇਰੇ ਹੱਥ 'ਚ ਜੇ ਤੁਹਾਡੇ ਸਾਹਮਣੇ ਹੀ ਆ ਅਤੇ ਅਸੀਂ ਮਾਤਾ ਨੂੰ ਦੇਣ ਲੱਗੇ ਹਾਂ 95-20 ਐਮ ਗੱਡੀ ਆ ਅਤੇ ਐਮ ਮਾਤਾ ਦਾ ਆਧਾਰ ਕਾਰਡ ਨੰਬਰ ਜੀ ਮਾਤਾ ਤੁਹਾਡਾ ਨਾਂ ਕੀ ਪਿੰਡ ਕਿਹੜਾ ਮਾਤਾ ਜੀ ਆਪਣੇ ਪੰਪ ਦੇ ਮਗਰ ਰਹਿੰਦੇ ਖੋਖਰ ਵਾਲੇ ਪੰਪ ਦੇ ਮਗਰ ਉਹ ਕੁੜੀ ਇੱਥੇ ਭੱਤੂ ਦੇ ਰੈਸਟੋਰੈਂਟ ਕੰਮ ਕਰਦੀ ਕੁੜੀ ਇਹਨਾਂ ਦੀ ਭੱਤੂ ਆਪਣਾ ਬੰਦਾ ਸਾਡਾ ਲੱਖ ਰੁਪਇਆ ਮਾਤਾ ਸਾਡੀ ਗੱਡੀ 'ਚ ਛੱਡ ਗਈ ਸੀ ਬਟਾਲੇ ਤੋਂ ਕਾਦੀਆਂ ਅਤੇ ਬਟਾਲੇ ਤੋਂ ਕਾਦੀਆਂ ਇਸ ਟਾਈਮ ਲੱਖ ਰੁਪਇਆ ਮੇਰੇ ਹੱਥ 'ਚ ਜੇ ਤੁਹਾਡੇ ਸਾਹਮਣੇ ਹੀ ਆ ਅਤੇ ਅਸੀਂ ਮਾਤਾ ਨੂੰ ਦੇਣ ਲੱਗੇ ਹਾਂ 95-20 ਐਮ ਗੱਡੀ ਆ ਅਤੇ ਐਮ ਮਾਤਾ ਦਾ ਆਧਾਰ ਕਾਰਡ ਨੰਬਰ ਜੀ ਮਾਤਾ ਤੁਹਾਡਾ ਨਾਂ ਕੀ ਪਿੰਡ ਕਿਹੜਾ ਮਾਤਾ ਜੀ ਆਪਣੇ ਪੰਪ ਦੇ ਮਗਰ ਰਹਿੰਦੇ ਖੋਖਰ ਵਾਲੇ ਪੰਪ ਦੇ ਮਗਰ ਉਹ ਕੁੜੀ ਇੱਥੇ ਭੱਤੂ ਦੇ ਰੈਸਟੋਰੈਂਟ ਕੰਮ ਕਰਦੀ ਕੁੜੀ ਇਹਨਾਂ ਦੀ ਭੱਤੂ ਆਪਣਾ ਬੰਦਾ ਸਾਡਾ ਭਰਾ ਜੀ